ਪਿੱਛੇ ਇੱਧਰ ਸੰਜੀਵ ਜੀ ਨੂੰ ਬੇਨਤੀ ਕਰੂੰਗਾ ਵੀ ਪਹਿਲਾਂ ਦਿਖਾ ਦੇਣ। ਪਿੰਨੀਆਂ ਦਾ ਲੰਗਰ ਚੱਲ ਰਿਹਾ, ਦੇਸੀ ਘਿਓ ਦੀਆਂ ਪਿਓਰ ਪਿੰਨੀਆਂ ਅਤੇ ਨਾਲ ਰਸ, ਅਤੇ ਪਿੱਛੇ ਫਰੂਟ ਦਾ ਲੰਗਰ ਵੀ ਲਾਇਆ ਹੋਇਆ। ਅਤੇ ਆਪਾਂ ਗੱਲ ਕਰਾਂਗੇ ਵੀਰਾਂ ਨਾਲ ਵੀ ਜਿਹੜਾ ਇਹ ਲੰਗਰ ਆ ਕਿੱਥੋਂ ਆਇਆ ਅਤੇ ਕਿੱਥੇ ਦੀ ਸੰਸਥਾ ਹੈ, ਅਤੇ ਨੌਜਵਾਨ ਵੀਰ ਕਿੱਥੇ ਦੇ ਜਿਹੜੇ ਸੇਵਾ ਨਿਭਾ ਰਹੇ ਨੇ। ਹਾਂਜੀ ਸੰਜੀਵ ਜੀ, ਕੀ ਨਾਂ ਹੈ ਵੀਰ ਜੀ ਤੁਹਾਡਾ? ਮੇਰਾ ਨਾਂ ਗੋਰਾ ਜੀ। ਵੀਰ ਜੀ ਗੋਰਾ, ਕਿਹੜੀ ਜਗ੍ਹਾ ਤੋਂ ਤੁਸੀਂ? ਮੈਂ ਫਤਿਹਾਬਾਦ ਹਰਿਆਣੇ ਤੋਂ, ਮੇਰੀ ਪੂਨਾ ਪਿੰਡ ਹੈ ਜੀ। ਪੂਨਾ ਪਿੰਡ? ਪੂਨਾ ਜੀ। ਪੂਨਾ? ਹਾਂਜੀ ਹਾਂਜੀ। ਠੀਕ ਆ। ਅਤੇ ਇਹ ਜਿਹੜਾ ਲੰਗਰ ਲੱਗਿਆ ਹੋਇਆ ਵੀਰ ਜੀ, ਇਹਦੇ ਬਾਰੇ ਸਾਨੂੰ ਮਾੜੀ ਜਾਣਕਾਰੀ ਦਿਓ ਵੀ ਇਹ ਲੰਗਰ ਜਿਹੜਾ ਲੱਗਿਆ ਹੋਇਆ ਫਰੂਟ ਦਾ। ਹਾਂਜੀ ਹਾਂਜੀ, ਇਹਦੇ ਬਾਰੇ ਮਾੜੀ ਜਾਣਕਾਰੀ। ਇਹ ਵੀਰ ਜੀ ਆਪਣੇ ਕੇਰਲਾ ਤੋਂ ਕਿਸਾਨਾਂ ਨੇ ਭੇਜਿਆ ਆ, 20 ਟਨ ਅਨਾਨਾਸ ਭੇਜਿਆ ਜੀ। ਠੀਕ ਆ। ਅਤੇ ਆਪਣੇ ਯਾਰ ਦੋਸਤ ਸੀ, ਉਹਨਾਂ ਨੇ ਇੱਥੇ ਸਟੋਰ ਕਰਵਾਇਆ ਥੋੜ੍ਹਾ ਜਿਹਾ ਲੰਗਰ ਵਾਸਤੇ। ਠੀਕ ਆ। ਅਸੀਂ ਹੁਣ ਲੰਗਰ ਲਾ ਰਹੇ ਹਾਂ, ਕੱਲ੍ਹ ਵੀ ਲਾਇਆ ਆ, ਪਰਸੋਂ ਵੀ ਲਾਇਆ, ਅੱਜ ਫਿਰ ਉਹਨਾਂ ਨਾਲ ਲੰਗਰ ਲਾ ਰਹੇ ਹਾਂ ਵੀ ਜਿੰਨਾ ਸਾਡੇ ਕੋਲ ਸਟੋਰ ਆ। ਗਰਮ ਕੱਪੜੇ ਵੀ ਦੇ ਗਏ ਨੇ, ਗਰਮ ਕੱਪੜੇ ਵੀ ਪਏ ਆ ਟਰਾਲੀ 'ਚ, ਉਹ ਖਾ ਦੇਣੇ ਤੁਹਾਨੂੰ ਵੀ। ਬਹੁਤ ਜ਼ਿਆਦਾ ਇਹ ਚਾਹ ਦਾ ਲੰਗਰ ਆ ਆਪਣਾ, ਅਤੇ ਮੈਡੀਕਲ ਦਾ ਲੰਗਰ ਆ, ਇਹ ਆਪਣੇ ਭੁੰਨੇ ਤੋਂ ਸਾਰਿਆਂ ਬੰਦਿਆਂ ਨੂੰ ਲਾਇਆ ਜੀ। ਠੀਕ। ਸਾਰੇ ਕਿਸਾਨਾਂ ਨੇ ਵੱਖ ਵੱਖ ਤਰੀਕੇ ਨਾਲ ਤੁਸੀਂ ਸੇਵਾ ਨਿਭਾ ਰਹੇ ਹੋ, ਕਿੰਨੇ ਦਿਨ ਹੋ ਗਏ ਸੇਵਾ ਨਿਭਾਉਂਦਿਆਂ ਨੂੰ? ਇਹ 27 ਤਰੀਕ ਤੋਂ ਨਿਭਾ ਰਹੇ ਵੀਰ ਜੀ। ਪਿਛਲੀ ਸਾਈਜ਼? ਹਾਂਜੀ ਹਾਂਜੀ, ਪਿਛਲੀ ਸਾਈਜ਼ ਪੂਰਾ 1 ਮਹੀਨੇ ਤੋਂ ਕਹਿੰਦਾ 10 ਦਿਨ ਉੱਪਰ ਹੋ ਗਏ ਨੇ ਇਹਨਾਂ ਨੂੰ, ਅਤੇ 2021 ਸਨ ਚੜ ਚੁੱਕਿਆ, ਕਿਉਂਕਿ ਅੱਜ ਪਹਿਲਾ ਦਿਨ ਆ 2021 ਦਾ, ਅਤੇ ਉਸਦੇ ਵਿੱਚ ਅਸੀਂ ਇੱਥੇ ਠਿਕਰੀ ਬਾਰਡਰ 'ਤੇ ਆਏ ਅਤੇ ਅਲੱਗ ਅਲੱਗ ਤਸਵੀਰਾਂ ਤੁਹਾਨੂੰ ਲੰਗਰਾਂ ਦੀਆਂ ਦਿਖਾ ਰਹੇ ਹਾਂ, ਜਿਸ ਦੇ ਵਿੱਚ ਇਹਨਾਂ ਨੇ ਅਨਾਨਾਸ ਦਾ ਅਤੇ ਖੋਏ ਦੀਆਂ ਪਿੰਨੀਆਂ ਦਾ ਅਤੇ ਰਸਾਂ ਦਾ ਅਤੇ ਹੋਰ ਵੀ ਕਹਿੰਦੇ ਗਰਮ ਵਸਤਰ ਜਿਹੜੇ ਦਿੱਤੇ ਨੇ, ਅਤੇ ਲੋੜਵੰਦਾਂ ਨੂੰ ਇਹ ਦੇ ਵੀ ਰਹੇ ਨੇ। ਅਤੇ ਇਸੇ ਤਰ੍ਹਾਂ ਵੱਖ ਵੱਖ ਜਿਹੜੇ ਇਹਨਾਂ ਦੇ ਨਾਲ ਨੌਜਵਾਨ ਵੀਰ ਨੇ ਉਹ ਆਪਣੀ ਸੇਵਾ ਨਿਭਾ ਰਹੇ ਨੇ, ਅਤੇ ਇੱਧਰ ਸਾਡੇ ਵੀਰ ਜੀ ਨੇ ਅਤੇ ਜੋ ਕਿ ਅੱਛਾ ਗਰਮ ਕੱਪੜੇ ਵੀਰ ਜੀ ਲੱਗੇ ਨੇ ਦਿਖਾਉਣ, ਜਿਹੜੇ ਦੇ ਰਹੇ ਨੇ ਸੰਗਤ ਨੂੰ। ਅਤੇ ਸੰਜੀਵ ਜੀ ਨੂੰ ਮੈਂ ਬੇਨਤੀ ਕਰਦਾ ਵੀ ਇਹ ਗਰਮ ਕੱਪੜੇ ਨੇ ਜਿਹੜੇ ਲੋੜਵੰਦਾਂ ਨੂੰ ਦਿੱਤੇ ਜਾ ਰਹੇ ਨੇ, ਜਿਨ੍ਹਾਂ ਨੂੰ ਕਿਸੇ ਨੂੰ ਲੋੜ ਆ ਉਹ ਕੋਈ ਵੀ ਲਿਆ ਕੇ ਲੈ ਸਕਦਾ, ਅਤੇ ਪੂਰਾ ਭੰਡਾਰ ਮਹਾਰਾਜ ਦੀ ਐਡੀ ਕਿਰਪਾ ਵਰਤ ਰਹੀ ਆ। ਅਤੇ ਜਿਹੜੇ ਇਹ ਕੱਪੜਿਆਂ ਦੇ ਬੋਰੇ ਇੱਥੇ ਵੀ ਹੈਗੇ, ਇਸੇ ਤਰ੍ਹਾਂ ਸਿੰਘੂ ਬਾਰਡਰ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਗਰਮ ਕੱਪੜਿਆਂ ਦੀਆਂ ਅਤੇ ਵੱਖ ਵੱਖ ਲੰਗਰਾਂ ਦੀਆਂ। ਅਤੇ ਇਸੇ ਤਰ੍ਹਾਂ ਇੱਧਰ ਜਿੰਨੀ ਸੰਗਤ ਉਸ ਬਾਰਡਰ 'ਤੇ ਹੈਗੀ ਆ, ਉਹਦੇ ਨਾਲ ਮੈਂ ਕਹਿੰਦਾ 2 ਗੁਣਾ ਸੰਗਤ ਇਸ ਬਾਰਡਰ 'ਤੇ ਵੀ ਸਾਨੂੰ ਦੇਖਣ ਨੂੰ ਮਿਲੀ ਆ। ਅਤੇ ਨਵੇਂ ਸਾਲ ਦੇ ਵਿੱਚ ਸਾਰੇ ਵੀਰਾਂ ਜਿਹੜੇ ਸੇਵਾ ਨਿਭਾਉਂਦੇ ਹੋਏ, ਅਤੇ ਮੈਂ ਬੇਨਤੀ ਕਰੂੰਗਾ ਵੀ ਉੱਧਰ ਜਿਹੜਾ ਲੰਗਰ ਚੱਲ ਰਿਹਾ ਫਰੂਟ ਦਾ ਉਹ ਵੀ ਆਪਾਂ ਦਿਖਾਈਏ ਥੋੜ੍ਹਾ ਜਿਹਾ, ਅਤੇ ਕਿੱਦਾਂ ਵੀਰ ਜੀ ਕੱਟ ਕੇ ਪੀਸ ਬਣਾ ਕੇ ਜਿਹੜੇ ਸੰਗਤ ਲਈ ਵਰਤਾਉਣੇ ਦੇ ਲਈ ਤਿਆਰੀ ਚੱਲ ਰਹੀ ਹੈ ਲੰਗਰ ਦੀ। ਅਤੇ ਨਵਾਂ ਜੂਸ ਜਿਹੜਾ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਜੂਸ ਮੋਬਾਈਲਾਂ 'ਤੇ ਬਿਜੀ ਹੋ ਚੁੱਕਿਆ, ਕੋਈ ਕਹਿੰਦਾ ਵੀ ਨਸ਼ਿਆਂ 'ਚ ਬਿਜੀ ਹੋ ਚੁੱਕਿਆ, ਪਰ ਤੁਸੀਂ ਨਾ ਲੰਗਰਾਂ ਜਾ ਕੇ ਦੇਖ ਸਕਦੇ ਹੋ ਜੂਸ ਨੂੰ ਕਿੱਦਾਂ ਸੇਵਾ ਦੇ ਵਿੱਚ ਭਾਵਨਾ ਦੇ ਵਿੱਚ ਮਗਨ ਹੋਇਆ ਪਿਆ। ਅਤੇ ਮੈਂ ਕਹਿੰਦਾ ਵੀ ਪੂਰੀ ਸ਼ਰਧਾ ਭਾਵਨਾ ਨਾਲ ਜਿਹੜੇ ਲੰਗਰ ਵਰਤਾਏ ਜਾ ਰਹੇ ਨੇ, ਅੱਜ ਦੇ ਜੂਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੂਸ ਕੰਮ ਨਹੀਂ ਕਰਦਾ, ਪਰ ਜੂਸ ਦੇ ਕਾਰਨ ਹੀ ਜਿਹੜੇ ਇਹ ਧਰਨੇ ਚੱਲੇ ਹੋਏ ਨੇ, ਜੂਥਾਂ ਨਾਲ ਹੀ ਸਰਕਾਰਾਂ ਬਣਦੀਆਂ, ਅਤੇ ਜੂਥ ਹੀ ਸਰਕਾਰ ਨੂੰ ਗਿਰਨ ਦੀ ਹਿੰਮਤ ਰੱਖਦਾ। ਅਤੇ ਇੱਧਰ ਫਰੂਟ ਜਿਹੜਾ ਸੰਜੀਵ ਜੀ ਇੱਧਰ ਦਿਖਾਓ ਫਰੂਟ ਜਿਹੜਾ ਸੰਗਤਾਂ ਨੂੰ ਵਰਤਾਉਣ ਲਈ ਕੱਟ ਕੇ ਤਿਆਰ ਹੋ ਚੁੱਕਿਆ।